ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ ਤਵੀਆਂ, ਟਰੈਕਟਰ, ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ, ਕਾਰ, ਜੀਪ, ਗੱਡੀ ਸੇਲ ਕਰਨੀ ਹੈ ਤਾਂ ਉਸਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ 'ਤੇ ਵਟਸਐਪ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ 'ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੋ ਕਿ ਮੇਰਾ ਵੀਰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਅਤੇ ਸਹੀ ਜਾਣਕਾਰੀ ਦਿਓ। ਥੈਂਕ ਯੂ ਵੀਰੇ। ਸੋ ਵੀਰੇ, ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ, ਮੈਸੇਜ ਆਉਂਦੇ ਨੇ, ਕਮੈਂਟ ਆਉਂਦੇ ਨੇ ਵੀ ਰੇਟ ਜ਼ਿਆਦਾ ਰੱਖਿਆ ਗਿਆ ਚੀਜ਼ਾਂ ਦਾ। ਉਸਦੇ ਰਿਗਾਰਡਿੰਗ ਵੀਰੇ ਆਪਾਂ ਦੱਸਣ ਲੱਗੇ ਹਾਂ, ਜੋ ਕੋਈ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਹੈ ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਵੀਰੇ, ਜੋ ਪ੍ਰਾਈਜ਼ ਮੌਕੇ 'ਤੇ ਘੱਟ ਹੋਵੇਗਾ। ਸੋ ਜੇ ਕੋਈ ਮੇਰਾ ਵੀਰ ਚੀਜ਼ ਖਰੀਦਣ ਦਾ ਚਾਹਵਾਨ ਹੈ ਤਾਂ ਮਾਲਕ ਵੀਰਾਂ ਨਾਲ ਫੋਨ 'ਤੇ ਕਨੈਕਟ ਕਰਕੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਸੈੱਟ ਕਰਕੇ ਚੀਜ਼ ਤੁਸੀਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ। 4 ਗੱਡੀਆਂ ਨੇ ਵੀਰੇ, ਇੱਕ ਟਰਾਲੀ ਹੈ, ਇੱਕ ਸਟੈਂਡਰਡ ਬੁਲਟ ਮੋਟਰਸਾਈਕਲ ਹੈ। ਗੱਡੀਆਂ ਦੇ ਵਿੱਚ ਆਪਣੇ ਕੋਲ ਮਹਿੰਦਰਾ ਜੀਪ ਹੈ ਵੀਰੇ, ਮਰੂਤੀ ਅਲਟੋ ਗੱਡੀ ਹੈ, ਮਰੂਤੀ ਸਵਿਫਟ ਡਿਜ਼ਾਇਰ ਗੱਡੀ ਹੈ, ਟੋਇਟਾ ਨੋਵਾ ਗੱਡੀ ਹੈ। ਇਹ 4 ਗੱਡੀਆਂ ਨੇ। 16x7 ਫੁੱਟ ਟਰਾਲੀ ਹੈ ਅਤੇ ਇੱਕ ਵੀਰੇ ਸਟੈਂਡਰਡ ਬੁਲਟ ਮੋਟਰਸਾਈਕਲ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਹਾਂ ਸਟੈਂਡਰਡ ਬੁਲਟ ਮੋਟਰਸਾਈਕਲ ਬਾਰੇ। ਰੋਇਲ ਇਨਫੀਲਡ ਸਟੈਂਡਰਡ ਬੁਲਟ ਮੋਟਰਸਾਈਕਲ ਹੈ ਵੀਰੇ, 2006 ਮਾਡਲ, ਸਿਲਵਰ ਕਲਰ ਦੇ ਵਿੱਚ ਮੋਟਰਸਾਈਕਲ ਹੈ, ਬਿਲਕੁਲ ਏ ਕਲਾਸ ਕੰਡੀਸ਼ਨ ਹੈ, ਸਾਰਾ ਓਰਿਜਨਲ ਮੋਟਰਸਾਈਕਲ ਹੈ। 37,000 ਕਿਲੋਮੀਟਰ ਚੱਲਿਆ ਹੋਇਆ ਵੀਰੇ, ਸਾਰਾ ਓਰਿਜਨਲ ਚੱਲਿਆ ਮੋਟਰਸਾਈਕਲ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਦੇਖ ਸਕਦੇ ਹੋ, ਬਿਲਕੁਲ ਏ ਕਲਾਸ ਕੰਡੀਸ਼ਨ ਹੈ। ਓਰਿਜਨਲ ਪਾਰਟਸ ਨੇ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਸਾਰੇ ਓਰਿਜਨਲ ਪਾਰਟਸ ਨੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ। ਸੀਲਡ ਇੰਜਨ ਗੇਅਰ ਹੈ, ਬਾਕੀ ਬਿਲਕੁਲ ਓਕੇ ਕੰਡੀਸ਼ਨ ਹੈ। ਮੋਟਰਸਾਈਕਲ ਦੇ ਜੋ ਟਾਇਰ ਨੇ, 45-50 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਵਧੀਆ ਟੌਪ ਕਲਾਸ ਦੇ ਅਲੋਏ ਵੀ ਲੱਗੇ ਨੇ, ਨਿਊ ਬੈਂਟਰੀ ਹੈ ਵੀਰੇ, ਸਰਵਿਸ ਵਗੈਰਾ ਸਭ ਡਨ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚੈੱਕ ਕਰਕੇ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ ਵੀਰੇ, ਬਿਲਕੁਲ ਓਕੇ ਕੰਡੀਸ਼ਨ ਹੈ। ਪੰਜਾਬ ਨੰਬਰ ਮੋਟਰਸਾਈਕਲ ਹੈ, ਏਰੀਆ ਵੀਰੇ ਪਟਿਆਲਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਮੋਟਰਸਾਈਕਲ ਹੈ। ਮੋਟਰਸਾਈਕਲ ਦੀ ਕੀਮਤ ਰੱਖੀ ਗਈ ਹੈ ਵੀਰੇ, 85,000 ਰੁਪਇਆ ਡਿਮਾਂਡ ਹੈ, ਬਾਕੀ ਹਲਕਾ ਫੁਲਕਾ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ। ਹਾਂਜੀ ਵੀਰੇ, ਆਪਾਂ ਇਹਨੂੰ ਮਰੂਤੀ ਅਲਟੋ ਗੱਡੀ ਦਿਖਾ ਰਹੇ ਹਾਂ, ਮਰੂਤੀ ਅਲਟੋ LX ਗੱਡੀ ਹੈ ਵੀਰੇ, 2010 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜੋ ਟਾਇਰ ਨੇ, 70-80 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। 71,000 ਕਿਲੋਮੀਟਰ ਚੱਲੀ ਹੋਈ ਹੈ ਵੀਰੇ, ਸਾਰੀ ਓਰਿਜਨਲ ਚੱਲੀ ਗੱਡੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਸ਼ੀਟ ਕਵਰ ਵਗੈਰਾ, ਮੈਟਿੰਗ ਵਗੈਰਾ, ਮਿਊਜ਼ਿਕ ਸਿਸਟਮ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ। ਹਲਕੇ ਫੁਲਕੇ ਮਾਈਨਰ ਸਕਰੈਚਸ ਨੇ ਵੀਰੇ ਬਾਈਕ ਕੀ, ਕੋਈ ਮੇਜਰ ਐਕਸੀਡੈਂਟ ਨਹੀਂ, ਕੋਈ ਡੈਮੇਜ ਨਹੀਂ, ਕੋਈ ਕਿਤੋਂ ਬਾਡੀ ਚਾਸੀ ਗਲੀ ਸੜੀ ਨਹੀਂ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਪਈ ਹੈ, ਰੰਗ ਪੇਂਟ ਵਧੀਆ ਪਿਆ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ। ਚਲਾ ਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਸਰਵਿਸ ਵਗੈਰਾ ਓਕੇ ਹੈ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਏਰੀਆ ਵੀਰੇ ਭਾਈ ਰੂਪਾ ਪਿੰਡ ਹੈ ਵੀਰਾਂ ਦਾ, ਜ਼ਿਲ੍ਹਾ ਬਠਿੰਡਾ, ਉੱਥੇ ਵੀਰਾਂ ਕੋਲ ਗੱਡੀ ਹੈ, ਦਿੱਲੀ ਨੰਬਰ ਗੱਡੀ ਹੈ, NOC ਵਗੈਰਾ ਵੀਰ ਕਟਵਾ ਕੇ ਦੇਣਗੇ, ਬਾਕੀ ਪੇਪਰ ਓਵਰਆਲ ਕੰਪਲੀਟ ਨੇ। ਗੱਡੀ ਦੀ ਕੀਮਤ ਰੱਖੀ ਗਈ ਵੀਰੇ 90,000 ਰੁਪਇਆ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਨਾਂ ਨੂੰ ਟਰਾਲੀ ਦਿਖਾ ਰਹੇ ਹਾਂ, 16x7 ਫੁੱਟ ਟਰਾਲੀ ਹੈ ਵੀਰੇ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ, 2019 'ਚ ਬਣੀ ਹੋਈ ਟਰਾਲੀ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਹੈ। ਟਰਾਲੀ ਦੇ ਜਿਹੜੇ ਟਾਇਰ ਨੇ, ਡਬਲ ਜੋੜੀ ਟਾਇਰ ਹੈ ਵੀਰੇ, ਦੋਨੋਂ ਜੋੜੀਆਂ 50 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਨਲ ਪੱਕੇ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਹੈ। 16 ਫੁੱਟ ਲੰਬੀ ਹੈ, 7 ਫੁੱਟ ਚੌੜੀ ਹੈ, 2.5 ਫੁੱਟ ਬੈੱਡ ਹੈ, ਪੂਰੀ ਹੈਵੀ ਕੁਆਲਿਟੀ ਦਾ, 1.5 ਫੁੱਟ ਦੇ ਉੱਤੇ ਝੋਪੜੀ ਵਾਲੀ ਪਾਈਪ ਲੱਗੀ ਹੋਈ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਹੋਈ ਹੈ ਵੀਰੇ। ਟੋਟਲ ਅਸੈਸਰੀ ਲੱਗੀ ਹੋਈ ਹੈ, 10 ਇੰਚੀ ਚਾਸੀ ਹੈ, 10 ਨਟੀ ਹੱਬ ਹੈ,
ਰੇਲ ਦਾ ਓਰਿਜਨਲ ਧੁਰਾ ਲੱਗਿਆ ਹੋਇਆ ਹੈ, ਹੈਵੀ ਕੈਂਚੀਆਂ ਲੱਗੀਆਂ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ, ਬਾਕੀ ਟੋਟਲ ਅਸੈਸਰੀ ਲੱਗੀ ਹੋਈ ਹੈ ਵੀਰੇ, ਡੀਲਕਸ ਮੋਡਲਰ ਟਰਾਲੀ ਅਸੈਸਰੀ ਦੇ ਵਿੱਚ ਵੀਰੇ, LED ਲਾਈਟਸ ਲੱਗੀਆਂ ਹੋਈਆਂ ਨੇ 18, ਗਿਣਤੀਆਂ ਬੇਲਚੇ, ਰੱਸਾ ਟਾਈਟ ਕਰਨ ਵਾਲਾ ਸਿਸਟਮ, ਰੱਸਾ ਇਕੱਠਾ ਕਰਨ ਵਾਲਾ ਸਿਸਟਮ, ਪਾਣੀ ਵਾਲੀ ਟੈਂਕੀ, ਮੰਜਾ, ਟੋਟਲ ਅਸੈਸਰੀ ਲੱਗੀ ਹੈ ਵੀਰੇ, ਪੂਰੀ ਹੈਵੀ ਕੁਆਲਿਟੀ ਦੀ ਫਰਸ਼ ਚਾਦਰ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਹੈ, ਕੋਈ ਕਿਤੇ ਗਲੀ ਸੜੀ ਨਹੀਂ, ਬਿਲਕੁਲ ਸਾਫ਼ ਸੁਥਰੀ ਟਰਾਲੀ ਹੈ ਵੀਰੇ, ਪੂਰਾ ਵਧੀਆ ਟੋਪ ਕਲਾਸ ਦਾ ਪੇਂਟ ਹੋਇਆ ਪਿਆ ਟਰਾਲੀ ਨੂੰ, ਬਿਲਕੁਲ ਓਕੇ ਕੰਡੀਸ਼ਨ ਹੈ। ਏਰੀਆ ਵੀਰੇ ਜਗਰਾਓਂ ਏਰੀਆ ਵੀਰਾਂ ਦਾ, ਉੱਥੇ ਬਿਲਾਂ ਕੋਲ ਟਰਾਲੀ ਹੈ, ਟਰਾਲੀ ਦੀ ਜਿਹੜੀ ਕੀਮਤ ਰੱਖੀ ਗਈ ਹੈ 2,12,000 ਰੁਪਇਆ ਕੀਮਤ ਹੈ ਵੀਰੇ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੈਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਹੇ ਹਾਂ, ਮਰੂਤੀ ਸਵਿਫਟ ਡਿਜ਼ਾਇਰ ਗੱਡੀ ਹੈ ਵੀਰੇ, 2011 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ, ਗੱਡੀ ਦੇ ਜੋ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਵਧੀਆ ਰੰਗ ਪੇਂਟ ਹੈ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ, 71,000 ਕਿਲੋਮੀਟਰ ਚੱਲੀ ਹੋਈ ਹੈ ਵੀਰੇ, ਸਾਰੀ ਓਰਿਜਨਲ ਚੱਲੀ ਗੱਡੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਸੀਲਡ ਇੰਜਨ ਗੇਅਰ ਹੈ, ਕੋਈ ਕਮੀ ਪੇਸ਼ੀ ਨਹੀਂ, ਸਰਵਿਸ ਵਗੈਰਾ ਸਭ ਡਨ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, AC ਹੀਟਰ ਬਿਲਕੁਲ ਓਕੇ ਚੱਲਦਾ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਦਿੱਲੀ ਨੰਬਰ ਗੱਡੀ ਹੈ ਵੀਰੇ, NOC ਵਗੈਰਾ ਵੀਰ ਕਟਵਾ ਕੇ ਦੇਣਗੇ, ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਏਰੀਆ ਵੀਰੇ ਸੰਗਰੂਰ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 2,45,000 ਰੁਪਇਆ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਟੋਇਟਾ ਨੋਵਾ ਗੱਡੀ ਦਿਖਾ ਰਹੇ ਹਾਂ, ਟੋਇਟਾ ਨੋਵਾ ਵੀਰੇ 2010 ਮਾਡਲ ਗੱਡੀ ਹੈ, G4 ਵਰਜਨ ਹੈ, ਸੈਕਿੰਡ ਓਨਰ ਹੈ ਵੀਰੇ, ਦੂਜੇ ਮਾਲਕ ਕੋਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ, ਗੱਡੀ ਦੇ ਜੋ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਬੰਪਰ ਟੂ ਬੰਪਰ ਸਾਰਾ ਓਰਿਜਨਲ ਪੇਂਟ ਹੈ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ, ਸੀਲਡ ਇੰਜਨ ਗੇਅਰ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਸਰਵਿਸ ਵਗੈਰਾ ਡਨ ਹੈ ਗੱਡੀ ਦੀ, 1,00,000 ਕਿਲੋਮੀਟਰ ਚੱਲੀ ਵੀ ਹੈ ਵੀਰੇ, ਬਾਕੀ ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, AC ਹੀਟਰ ਬਿਲਕੁਲ ਓਕੇ ਚੱਲਦਾ ਹੈ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਪੰਜਾਬ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ, ਬਿਲਕੁਲ ਓਕੇ ਕੰਡੀਸ਼ਨ ਹੈ। ਏਰੀਆ ਵੀਰੇ ਭੋਗਪੁਰ ਏਰੀਆ ਵੀਰਾਂ ਦਾ, ਜ਼ਿਲ੍ਹਾ ਜਲੰਧਰ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਜੋ ਡਿਮਾਂਡ ਰੱਖੀ ਗਈ ਹੈ 4,95,000 ਰੁਪਇਆ ਡਿਮਾਂਡ ਹੈ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਹਿੰਦਰਾ ਜੀਪ ਦਿਖਾ ਰਹੇ ਹਾਂ, ਮਹਿੰਦਰਾ 91 ਇੰਚ ਜੀਪ ਹੈ ਵੀਰੇ, 1995 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜੀਪ ਹੈ, 2014 ਦੇ ਵਿੱਚ ਮੋਡੀਫਾਈ ਹੋਈ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜੀਪ ਚੱਲਦੀ ਹੈ, ਦੁਬਾਰਾ ਪੇਂਟ ਹੋਇਆ ਸਾਰਾ, 2K ਮਟੈਲਿਕ ਪੇਂਟ ਹੋਇਆ, ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜੀਪ ਹੈ, ਬਾਡੀ ਚਾਸੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਕਿਤੋਂ ਗਲੀ ਸੜੀ ਨਹੀਂ, ਵਧੀਆ ਸਾਫ਼ ਸੁਥਰੀ ਬਾਡੀ ਚਾਸੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਇੰਜਨ ਦਾ A to Z ਕੰਮ ਹੋਇਆ ਹੋਇਆ ਵੀਰੇ, ਰਿੰਗ ਵਗੈਰਾ ਸਭ A-class ਕੰਡੀਸ਼ਨ ਦੇ ਵਿੱਚ ਨੇ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ, ਸੀਲਡ ਗੇਅਰ ਹੈ, ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜੀਪ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜੀਪ ਹੈ, ਸਰਵਿਸ ਵਗੈਰਾ ਸਭ ਡਨ ਹੈ ਵੀਰੇ, ਕੋਈ ਕਮੀ ਪੇਸ਼ੀ ਨਹੀਂ। ਜੀਪ ਦੇ ਜੋ ਟਾਇਰ ਨੇ, ਫਰੰਟ ਵਾਲੇ ਟਾਇਰ 60-70 ਪੈਸੇ ਨੇ ਵੀਰੇ, ਬੈਕ ਵਾਲੇ ਟਾਇਰ 30-40 ਪੈਸੇ ਨੇ, ਬੇਦਾਗ ਸਾਫ਼ ਸੁਥਰੇ ਵਧੀਆ JK ਦੇ ਚਾਰੋਂ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। UP ਨੰਬਰ ਜੀਪ ਹੈ ਵੀਰੇ, ਬਾਕੀ ਐਫੀਡੇਵਿਟ ਵਗੈਰਾ ਵੀਰ ਕਟਵਾ ਕੇ ਦੇਣਗੇ, ਪੇਪਰ ਵਗੈਰਾ ਓਵਰਆਲ ਕੰਪਲੀਟ ਨੇ। ਏਰੀਆ ਵੀਰੇ ਮਸੀਤਾ ਪਿੰਡ ਹੈ ਵੀਰਾਂ ਦਾ, ਡੱਬ ਵਾਲੀ ਦਾ ਏਰੀਆ, ਹਰਿਆਣੇ ਦੇ ਵਿੱਚ, ਜ਼ਿਲ੍ਹਾ ਸਰਸਾ, ਉੱਥੇ ਵੀਰਾਂ ਕੋਲ ਜੀਪ ਹੈ, ਜੀਪ ਦੀ ਡਿਮਾਂਡ ਰੱਖੀ ਗਈ ਹੈ 90,000 ਰੁਪਇਆ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜੀਪ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਜੀਪ ਖਰੀਦਣ ਵੇਲੇ
ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਅਤੇ ਜਿਹੜੇ ਵੀਰਾਂ ਨੇ ਹਾਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕੁਐਸਟ ਆ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ। ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ ਅਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਅਗਲੀ ਵੀਡੀਓ ਬਣਾ ਕੇ ਲੈ ਕੇ ਲਾ ਸਕੀਏ। ਸੋ ਥੈਂਕ ਯੂ ਵੀਰੇ, ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕੁਐਸਟ ਹੁਣ ਆਪਣੇ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ। ਸੋ ਪਲੀਜ਼ ਵੀਰੇ ਰਿਕੁਐਸਟ ਹੈ ਜੋ ਕੋਈ ਮੇਰਾ ਵੀਰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਅਤੇ ਸਹੀ ਜਾਣਕਾਰੀ ਦਿਓ, ਕਿਉਂਕਿ ਵੀਰੇ ਬਹੁਤ ਜ਼ਿਆਦਾ ਕੰਪਲੇਂਟ ਆਉਂਦੀ ਹੈ ਰੇਟ ਬਾਰੇ। ਸੋ ਵੀਰੇ ਸਹੀ ਜਾਣਕਾਰੀ ਦਿਓ, ਸਹੀ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਰੱਖੋ। ਥੈਂਕ ਯੂ ਵੀਰੇ। ਸੋ ਵੀਰੇ ਇੱਕ ਖਰੀਦਣ ਵਾਲੇ ਵੀਰਾਂ ਨੂੰ ਰਿਕੁਐਸਟ ਹੈ ਵੀ ਪਲੀਜ਼ ਵੀਰੇ ਜੋ ਕੋਈ ਮੇਰਾ ਵੀਰ ਮਾਲਕ ਵੀਰ ਜੋ ਐਡ ਦਿੰਦੇ ਨੇ ਵੀਰੇ ਰੇਟ ਰੱਖਦੇ ਨੇ ਉਸਦੇ ਅਕੋਰਡਿੰਗ ਵੀਰੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਤੁਸੀਂ ਲਾਇਆ ਕਰੋ, ਕਿਉਂਕਿ ਵੀਰੇ ਰੇਟ ਜ਼ਿਆਦਾ ਰੱਖਣ ਦਾ ਕਾਰਨ ਇਹੀ ਹੈ ਕਿ ਵੀਰ ਖਰੀਦਣ ਲੱਗੇ ਵੀਰੇ ਬਹੁਤ ਲੋਅ ਰੇਟ ਲਾਉਂਦੇ ਨੇ, ਇਸ ਕਰਕੇ ਚੀਜ਼ਾਂ ਦੀ ਵੈਲਿਊ ਖਤਮ ਹੁੰਦੀ ਹੈ। ਸੋ ਥੈਂਕ ਯੂ ਵੀਰੇ, ਦੋਨੇ ਵੀਰਾਂ ਨੂੰ ਰਿਕੁਐਸਟ ਹੈ ਵੀ ਜ਼ਰੂਰ ਸਾਥ ਦਿਓ, ਸਪੋਰਟ ਕਰੋ, ਸ਼ੇਅਰ ਕਰੋ।